नमस्कार, आप देख रहे हैं गोलमाल न्यूज। पंजाब सरकार की ओर से कोरोना प्रकोप के चलते शनिवार व रविवार का लॉकडाउन व रोजाना नाइट कर्फ्यू किया हुआ है, जिसके चलते आम जनता पर कानून तोड़ने पर सख्त एक्शन ले कार्रवाई की जाती है। लेकिन आज कांग्रेस के नुमाइंदी व नेताओं की ओर से ही पंजाब सरकार के नियमों की धज्जियां उड़ाते व प्रशासन को ठेंगा दिखाते हुए लॉकडाउन में दोआबा चौक से सोडल चौक तक की सड़क के निर्माण कार्य का उद्घाटन किया गया। काउंसलर अवतार सिंह, काउंसलर दीपक शारदा, काउंसलर दीपक कालिया, काउंसलर पति माइक खोसला व विधायक बाबा अवतार हेनरी के पीए रमणीत ने उद्घाटन किया। इस दौरान जब लॉकडाउन का उल्लंघन कर उद्घाटन करने संबंधी पूछा गया तो वह सफाई पेश करते हुए कहने लगे कि जनता के हित के लिए और उन्हें आ रही दिक्कतों को दूर करने के लिए सिर्फ देख रेख में काम शुरू करवा रहे हैं। हालांकि सड़क निर्माण उद्घाटन नामधारी संत ने किया व वहां पर लगभग 30 से ऊपर लोग थे। कितने लाख दी लगदा काम है सड़क का निर्माण का काम है और भाई ये सड़क का काम है निकलना 1.5 करोड़ का काम है सारा इकट्ठा है। सर जिधर लॉकडाउन से उद्घाटन कर रहे हैं तो कारण की है? लॉकडाउन ਦੇ ਵਿੱਚ ਉਦਘਾਟਨ ਇਹ ਤਾਂ ਸਾਰੇ ਜਿਹੜੇ ਹੈਗੇ ਸਾਥੀ ਨੇ ਇਹਦੇ ਵਿੱਚ ਪ੍ਰੋਟੋਕੋਲ ਦੇ ਅਕੋਰਡਿੰਗ ਹੀ ਕੰਮ ਕੀਤਾ ਜਾ ਰਿਹਾ ਹੈ। ਪ੍ਰੋਟੋਕੋਲ ਤੋਂ ਬਾਹਰ ਨਹੀਂ ਕੀਤਾ ਜਾ ਰਿਹਾ, ਜੋ ਗਾਈਡਲਾਈਨ ਆ ਉਹਦੇ ਗਾਈਡਲਾਈਨ ਦੇ ਅਕੋਰਡਿੰਗ ਕੀਤਾ ਜਾ ਰਿਹਾ, ਨਾ ਕੋਈ ਇਕੱਠ ਹੈ, ਇਹ ਤਾਂ ਸਿਰਫ ਸਾਡੇ ਸਾਥੀ ਨੇ, ਸਾਰੇ ਸਾਥੀਆਂ ਦੇ ਅਕੋਰਡਿੰਗ ਸਾਰਾ ਕੰਮ। ਜਿਹੜਾ ਅੱਜ ਉਦਘਾਟਨ ਹੋ ਰਿਹਾ ਉਹਦੇ ਬਾਰੇ? ਸਰ ਜੀ, ਇਹ ਸਾਡੀ ਸੜਕ ਕਾਫੀ ਚਿਰਾਂ ਤੋਂ ਇੱਥੇ ਪਾਣੀ ਦਾ ਬਹੁਤ ਜ਼ਿਆਦਾ ਸ਼ਿਕਾਇਤ ਜਮ੍ਹਾਂ ਹੁੰਦਾ ਸੀ ਹਰ ਬਰਸਾਤ ਦੇ ਵਿੱਚ, ਅਤੇ ਆਉਣ ਜਾਣ ਵਾਲੇ ਇਲਾਕਾ ਵਾਸੀ ਤਾਂ ਪਰੇਸ਼ਾਨ ਹੁੰਦੇ ਸਨ, ਪਰ ਆਵਾਜਾਈ ਆਉਣ ਜਾਣ ਵਾਲੇ ਸੰਬੰਧ ਵੀ ਬਹੁਤ ਪਰੇਸ਼ਾਨ ਸੀ ਸਰ। ਅਤੇ ਬਾਬਾ ਜੀ ਨੇ, ਹਾਂਜੀ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਇਸ ਇਲਾਕੇ ਦੇ ਉੱਤੇ, ਅਤੇ ਇਹ ਇੱਥੇ ਬਹੁਤ ਵੱਡਾ ਸੀਵਰ ਪਾ ਕੇ ਅਤੇ ਪਾਣੀ ਦੀ ਨਿਕਾਸੀ ਨੂੰ ਬਿਲਕੁਲ ਸਹੀ ਕੀਤਾ, ਅਤੇ ਉਹਦੀ ਅੱਜ ਸੜਕ ਜਿਹੜੀ ਹੈ ਬਣ ਲੱਗੀ ਹੈ, ਉਹਦਾ ਮੁਕਤ ਹੋ ਗਿਆ। ਸਾਰੇ ਭਰਾ ਸੀ ਉਸ ਸੰਬੰਧ ਇਕੱਠੇ ਹੋਏ ਹਾਂ, ਅਤੇ ਇਸ ਗੱਲ ਦੀ ਮੈਂ ਬਾਬਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਅਤੇ ਮੈਂ ਧੰਨਵਾਦ ਵੀ ਕਰਨਾ ਕਿ ਉਹਨੇ ਸਾਡੇ ਇਲਾਕੇ ਦਾ ਇਹ ਪਹਿਲੀ ਵਾਰ ਏਡਾ ਵੱਡਾ ਸਟੈਪ ਲਿਆ ਗਿਆ ਜਿਹੜਾ ਉਹਨੇ ਕੀਤਾ। ਧੰਨਵਾਦ ਸਰ। ਸਰ ਆਪਣਾ ਸ਼ੁਭਨਾਮ ਕੀ ਹੈ? ਅਤੇ ਮੇਰਾ ਨਾਮ ਸੁਰਜੀਤ ਸਿੰਘ, ਨਾਮਧਾਰੀ ਡਿਸਟ੍ਰਿਕਟ ਜੰਤਰ ਪ੍ਰਧਾਨ। ਅੱਜ ਬੜੇ ਸਾਲਾਂ ਤੋਂ ਜਿਹੜੀ ਇਹ ਦਿੱਕਤ ਪਾਣੀ ਦੀ ਚੱਲਦੀ ਪਈ ਸੀਗੀ, ਬੜੀ ਪੁਰਾਣੀ ਦਿੱਕਤ ਸੀਗੀ, ਜਿਹੜਾ ਸਟੋਮ ਸੀਵਰ ਦਾ ਕੰਮ ਸੀਗਾ ਬਾਬਾ ਜੀ ਨੇ ਸ਼ੁਰੂ ਕਰਾਇਆ ਸੀਗਾ, ਅੱਜ ਤਕਰੀਬਨ ਕੰਪਲੀਟ ਹੋ ਗਿਆ ਵਾ, ਅਤੇ ਜਿਹਦੇ ਅੱਜ ਉਹਦੇ ਕਰਕੇ ਅੱਜ ਆਪਾਂ ਸੜਕ ਬਣਾ ਰਹੇ ਹਾਂ। ਪਾਣੀ ਪਾਈਪਾਂ ਸਾਡੀਆਂ ਪੈ ਚੁੱਕੀਆਂ ਵਾ, ਰੋਡ ਦੀਆਂ ਬਣ ਚੁੱਕੀਆਂ ਵਾ, ਅੱਜ ਪਾਈਪਾਂ ਅਸੀਂ ਕੰਪਲੀਟ ਹੋ ਗਈਆਂ ਵਾ ਅਤੇ ਹੁਣ ਸੜਕ ਬਣਾ ਰਹੇ ਹਾਂ। ਅੱਜ ਸੜਕ ਦਾ ਉਦਘਾਟਨ ਸਾਡੇ ਨਾਮਧਾਰੀ ਬਰਾਦਰੀ ਦੇ ਸੰਤ ਸੁਰਜੀਤ ਸਿੰਘ ਜੀ ਹੱਥੋਂ, ਸ਼ੁਭ ਕਰਮਾਂ ਦੇ ਹੱਥੋਂ ਇਹਨਾਂ ਦੇ ਬੋਲਿਆ ਵਾ, ਅਤੇ ਮੈਂ ਇਹਨਾਂ ਨੂੰ ਇਲਾਕਾ ਨਿਵਾਸੀਆਂ ਨੂੰ ਆਪਣੇ MLA ਸਾਹਿਬ ਨੂੰ ਬਹੁਤ ਵਧਾਈ ਦਿੰਦਾ ਵਾਂ। ਬਹੁਤ ਵੱਡਾ ਕੰਮ ਹੋਇਆ ਵਾ ਸਾਡੇ ਇਲਾਕੇ ਦਾ, ਬਹੁਤ ਹੀ ਵੱਡਾ ਕੰਮ ਸੀਗਾ ਜਿਹੜਾ ਇਹਨਾਂ ਦੀ ਕਿਰਪਾ ਨਾਲ ਜੋ ਹੋਇਆ ਵਾ, ਅਤੇ ਮੈਂ ਸਾਰਾ ਇਲਾਕਾ ਨਿਵਾਸੀ ਸਾਰੇ ਇੱਥੇ ਸੀ ਸੰਬੰਧ 'ਚ ਇਕੱਠੇ ਹੋਏ ਆ, ਸਾਰੇ ਖੁਸ਼ ਆ ਕਿ ਵੀ ਅੱਜ ਇਹ ਕੰਮ ਬੜੀ ਮੁਸ਼ਕਲ ਨਾਲ, ਬੜੇ ਦਿੱਕਤਾਂ ਦੇ ਨਾਲ ਇਹ ਕੰਪਲੀਟ ਹੋਇਆ ਵਾ। ਕਿੰਨੇ ਲੱਖ ਦੀ ਲਾਗਤ ਨਾਲ ਬਣ ਰਹੀ ਹੈ ਸੜਕ? ਹਾਂਜੀ, ਕਿੰਨੇ ਲੱਖ ਦੀ ਲਾਗਤ ਨਾਲ ਸੜਕ ਬਣ ਰਹੀ ਹੈ? ਤਕਰੀਬਨ 6 ਕਰੋੜ ਦਾ ਜੀ, ਪੌਣੇ 6 ਕਰੋੜ, 6 ਕਰੋੜ ਦਾ ਕੰਮ ਆ ਜੀ। ਸਰ ਜਿੱਦਾਂ ਲੋਕਡਾਊਨ 'ਚ ਉਦਘਾਟਨ ਕਰ ਰਹੇ ਆ, ਰੂਲ ਦਾ ਕੋਈ ਉਲੰਘਣ ਨਹੀਂ ਹੋ ਰਿਹਾ ਤੁਸੀਂ ਮੰਨਦੇ? ਉਲੰਘਣ ਇਸ ਤਰ੍ਹਾਂ ਦੇਖੋ ਜੀ, ਆਪਾਂ ਸਿਰਫ ਗਿਣਤੀ ਨੂਤੀ ਦੇ ਬੰਦੇ ਆ ਜੀ, ਕੋਈ ਮਤਲਬ ਅਸੀਂ ਭੀੜ ਨਹੀਂ ਇਕੱਠੀ ਕੀਤੀ, ਕਿਸੇ ਨੂੰ ਅਸੀਂ ਇਨਵਾਈਟ ਨਹੀਂ ਕੀਤਾ। ਇਹ ਸਿਰਫ ਇੱਕ ਜਿਹੜੇ ਇੱਥੇ ਇਸੀ ਇਲਾਕੇ ਦੇ ਜਿਹੜੇ ਮੋਹਤਵਾਲਾ 2-4 ਭਰਾ ਹੀ ਆਪਾਂ ਇੱਥੇ ਹੈਗੇ, ਮਤਲਬ ਕੋਈ ਆਪਾਂ ਇਕੱਠ ਨਹੀਂ ਕੀਤਾ, ਕੋਈ ਪ੍ਰੋਗਰਾਮ ਨਹੀਂ ਕੀਤਾ, ਕੋਈ ਵੀ ਬੰਦੇ ਨਹੀਂ ਇਕੱਠੇ ਕੀਤੇ, ਤੁਸੀਂ ਖੁਦ ਕੈਮਰੇ ਨਾਲ ਦੇਖ ਸਕਦੇ ਹੋ, ਗਿਣਤੀ ਮਿਤੀ ਦੇ 5-4 ਬੰਦੇ ਭਰਾ ਆਪਾਂ ਖੜੇ ਆ, ਅਤੇ ਜਾਂ ਜਿਹੜੇ ਘੁੜਾ ਗਏ ਨੇ। ਜਾਂ ਸੜਕ ਦਾ ਉਦਘਾਟਨ ਕੀਤਾ ਜਾ ਰਿਹਾ ਉਹਦੇ ਬਾਰੇ ਜੀ? ਸਾਡਾ ਉਦਘਾਟਨ ਵਾਲੀ ਕੋਈ ਗੱਲ ਨਹੀਂ ਇੱਥੇ, ਇਹ ਤਾਂ ਸਾਰੇ ਆਪਣੇ 3-4 ਕੌਂਸਲਰ ਆਏ ਅਤੇ ਇਹਨਾਂ ਨੇ ਕੰਮ ਸ਼ੁਰੂ ਹੋਣ ਲੱਗਿਆ ਵੀ ਇਹ ਵਿੱਚ ਪਬਲਿਕ ਨੂੰ ਬੜੀ ਪਰੇਸ਼ਾਨੀ ਸੀ, ਕਾਫੀ ਟਾਈਮ ਤੋਂ ਜਾਣੀ ਪਬਲਿਕ ਦੀ ਡਿਮਾਂਡ ਸੀ, ਉਹਨੂੰ ਮੁੱਖ ਰੱਖਦੇ ਹੋਏ ਤਾਂ ਅਸੀਂ ਇਹ ਕੰਮ ਸ਼ੁਰੂ ਕਰਾਇਆ ਹੈਗਾ। ਬਾਬਾ ਜੀ ਦੀ ਬਦੌਲਤ ਔਰ ਹੈਂਡੀ ਸਾਹਿਬ ਦੀ ਬਦੌਲਤ ਇਹ ਜਿਹੜਾ ਜਿੰਨਾ ਵੀ ਕੰਮ ਹੋ ਰਿਹਾ, 1.5 ਕਰੋੜ 51 ਦਾ ਹੈਗਾ ਕੰਮ, ਇਹ ਸੜਕ ਬਣ ਜਾਊਗੀ, ਪਬਲਿਕ ਨੂੰ ਸਾਰਿਆਂ ਨੂੰ ਸਹੂਲਤ ਹੋ ਜਾਊਗੀ। ਬਾਕੀ ਆਪਣਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ। ਕਦੋਂ ਤੱਕ ਸੜਕ ਬਣ ਜਾਵੇਗੀ? ਇਹ ਬਸ ਸ਼ੁਰੂ ਹੋਣ ਲੱਗੀ ਜੀ, ਇੱਥੇ ਚੌਂਕ ਤਾਂ ਸ਼ੁਰੂ ਕਰ ਦੇਣੀ ਇਹਨਾਂ ਨੇ, ਸੂਬਾ ਚੌਂਕ ਤੱਕ। ਸਰ ਲੋਕਡਾਊਨ 'ਚ ਉਦਘਾਟਨ ਕਰਨ ਦਾ ਸਮਝ ਨਹੀਂ ਆ ਰਿਹਾ, ਕਾਰਨ ਕੀ ਹੈ? ਰੂਲਾਂ ਉਲੰਘਣ ਨਹੀਂ ਹੈ ਸਰ, ਪਤਾ ਕੀ ਹੈ, ਉਦਘਾਟਨ ਨਹੀਂ ਕਰ ਰਿਹਾ ਸੀ, ਅਸੀਂ ਤਾਂ ਆਪਣੀ ਦੇਖ ਰਹੇ ਇਹਦੇ ਵਿੱਚ, ਇਹੀ ਕੌਂਸਲਰ ਆਏ ਇਕੱਠੇ ਹੋ ਗਏ ਵੀ ਜਾਣੀ ਸਾਡਾ ਏਰੀਆ ਪੈਂਦਾ ਸੀ, ਵੀ ਇਹਦਾ ਕੰਮ ਸ਼ੁਰੂ ਕਰਾਇਆ ਜਾਵੇ, ਔਰ ਪਬਲਿਕ ਦੀ ਸਹੂਲਤ ਵਾਸਤੇ ਹੀ ਹੈ। ਇੱਥੇ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਬੰਦਾ ਬਿਮਾਰ ਆਉਂਦਾ ਜਾਂ ਦੌੜ ਪੈ ਜਾਂਦਾ, ਕਾਫੀ ਟਾਈਮ ਤੋਂ ਇਹ ਪ੍ਰੋਬਲਮ ਚੱਲ ਰਹੀ ਸੀ, ਹੁਣ ਤਾਂ ਬਹੁਤ ਨਜ਼ਦੀਕ ਅੱਜ ਸ਼ੁਰੂ ਹੋਣ ਲੱਗਾ। ਔਰ ਅੱਜ ਸਾਡੇ ਸੁੰਦਰ ਰੋਡ 'ਤੇ ਜਿਹੜੀ ਸਟੋਰ ਸੀਵਰੇਜ ਦੀ ਪ੍ਰਕਿਰਿਆ ਚੱਲਦੀ ਪਈ ਸੀ, ਤਕਰੀਬਨ ਸਟੋਰ ਸੀਵਰੇਜ ਦਾ ਜਿਹੜਾ ਕੰਮ ਮੁਕੰਮਲ ਹੋ ਚੁੱਕਾ ਸੀ, ਉਸ ਤੋਂ ਉਪਰੰਤ ਜਿਹੜਾ ਸੜਕ ਬਣਾਉਣ ਦਾ ਕੰਮ ਸੀ,
को अच्छ को शुरू किया जा रहा है और पेवर आ चुकी है, लुक पैन का काम अच्छे शुरू हो जूगा। असं धनवाद करते हैं साढ़े उत्तरी हल्के विधायक श्री बाबा हेनरी जी का, जिन्हों के सहयोग के सदका यह काम मुकम्मल हो जा रहा है। यों की बड़ी व्डे अरसे तो डिमांड सी भी इस इलाके के स्ट्रोंग सीवरेज पाया जाए। स्ट्रोंग सीवरेज पाने तो बहुत सड़क टुट गई सी, अब जिसका निर्माण कर जा रहा है तो बहुत वधिया शानदार क्वालिटी की सड़क बनाई जा रही है। लॉकडाउन से उद्घाटन करने का कारण माना मतलब की है सर? लॉकडाउन के थोड़ी सरकार लॉकडाउन लाया गया है, विकास नहीं रोकया जा रहा, विकास नहीं रुकूगा क्योंकि विकास कराना जरूरी है। लोगों की मुश्किलों मुख रखा जाता है, यह भी लोगों की एक जरूरत आ। जे लोग जो कोई बीमार पैंदा वा उन्हें आन जान लगे सड़क के कोई अड़चन ना आए, कोई ना खराब हो जाए, कोई वह व्हीकल ना खराब हो जाए, हर चीज़ में मद्देनजर रख के विकास कराया जाऊ।